ਅੰਮ੍ਰਿਤਪਾਲ ਸਿੰਘ ਖਾਲਸਾ ਔਰ ਸਰਬਜੀਤ ਸਿੰਘ ਖਾਲਸਾ ਦੋਨੋਂ ਪੰਥਕ ਮੁੱਦੇ ਤੇ ਜਿੱਤ ਗਏ, ਪਰ ਅਕਾਲੀ ਦਲ ਜਿਹੜਾ ਪੰਥਕ ਪਾਰਟੀ ਖੁਦ ਨੂੰ ਕਹਿੰਦਾ ਸੀ ਉਹਦੀ 10 ਸੀਟਾਂ ਜਵਾਨ ਜਾ ਇਸ ਗੱਲ ਦਾ ਕਿ ਲੋਕੀ ਸਾਨੂੰ ਹੁਣ ਪੰਥਕ ਨਹੀਂ ਮੰਨ ਰਹੇ। ਇਸੇ ਤਰ੍ਹਾਂ ਬਾਲ ਸਾਹਿਬ ਨੂੰ ਕਿਹਾ ਸੀ ਜੇ ਤੁਹਾਡੇ ਕਰਕੇ ਲੋਕੀ ਪਰੇਸ਼ਾਨ ਹੈ ਜਾਂ ਤੁਹਾਡੇ ਤੋਂ ਲੋਕੀ ਸੰਤੁਸ਼ਟ ਨਹੀਂ ਹੋ ਰਹੇ ਰਾਹੁਲ ਗਾਂਧੀ ਨੂੰ ਲੋਕੀ ਪੱਪੂ ਕਹਿੰਦੇ ਸੀ ਤੇ ਅੱਜ ਵੇਖ ਲਓ ਰਾਹੁਲ ਗਾਂਧੀ ਆਪੋਜੀਸ਼ਨ 'ਚ ਲੀਡਰ ਬਣ ਕੇ ਬੈਠ ਗਿਆ। ਉਹਨੂੰ ਪਿਆਰ ਹੀ ਨਹੀਂ ਸ਼੍ਰੋਮਣੀ ਅਕਾਲੀ ਦਲ ਨਾਲ, ਉਹਦਾ ਪਿਆਰ ਹੀ ਨਹੀਂ ਪ੍ਰਧਾਨਗੀ ਦੀ ਕੁਰਸੀ ਨਾਲ, ਉਹਨੇ ਤਿਆਗ ਕਰ ਦਿੱਤਾ ਕਿ ਮੈਂ ਤਾਂ ਨਹੀਂ ਚੋਣ ਲੜਨੀ, ਮੈਂ ਤਾਂ ਵਾਪਸ ਕਰ ਲਿਆ, ਤੁਸੀਂ ਲੜਾਉਣੀ ਲੜਾ ਲਓ। ਬੀਬੀ ਜਗੀਰ ਕੌਰ ਹੋਣੀ ਸਾਡੇ ਨਾਲ ਨੇ, ਬੀਬੀ ਜਗੀਰ ਕੌਰ ਜੀ ਜਿਹੜੇ ਹਾਲਾਤ ਇਸ ਵੇਲੇ, ਸਤਿ ਸ਼੍ਰੀ ਅਕਾਲ ਜੀ, ਜਿਹੜੇ ਇਸ ਵੇਲੇ ਹਾਲਾਤ ਬਣੇ ਹੋਏ ਨੇ ਕਿਵੇਂ ਦੇਖਦੇ ਹੋ, ਦੋ ਧੜਿਆਂ ਦੇ ਵਿੱਚ ਅਕਾਲੀ ਦਲ ਨੂੰ ਦੇਖਿਆ ਜਾ ਰਿਹਾ? ਦੇਖੋ ਸ਼੍ਰੋਮਣੀ ਅਕਾਲੀ ਦਲ 'ਚ ਕੋਈ ਧੜੇਬੰਦੀ ਨਹੀਂ, ਬਾਗੀ ਉਹ ਹੀ ਨੇ ਪੰਥ ਤੋਂ, ਅਸੀਂ ਨਹੀਂ। ਅਸੀਂ ਪੰਥ ਦੀ ਗੱਲ ਕਰ ਰਹੇ ਹਾਂ, ਅਸੀਂ ਸਿਧਾਂਤ ਦੀ ਗੱਲ ਕਰ ਰਹੇ ਹਾਂ, ਅਸੀਂ ਕਿਸੇ ਮਰਿਆਦਾ ਦੀ ਗੱਲ ਕਰ ਰਹੇ ਹਾਂ। ਔਰ ਜਿਨ੍ਹਾਂ ਨੂੰ ਉਹ ਨਹੀਂ ਚੰਗਾ ਲੱਗਦਾ, ਸ਼੍ਰੋਮਣੀ ਅਕਾਲੀ ਦਲ ਅੱਜ ਭਾਵੇਂ ਸੰਕਟ ਵਿੱਚ ਹੈ, ਪਰ ਉਹ ਇਹ ਚਾਹੁੰਦੇ ਆ ਕਿ ਜਿਸ ਤਰ੍ਹਾਂ ਅਸੀਂ ਹੁਕਮ ਕਰਾਂਗੇ ਉਹੀ ਹੋਣਾ। ਔਰ ਇੰਨੇ ਲੰਬੇ ਸਮੇਂ ਤੋਂ ਅਸੀਂ ਹੁਕਮ ਮੰਨਦੇ ਆ ਰਹੇ ਹਾਂ, ਤੇ ਅਸੀਂ ਘਰ ਅੰਦਰ ਬੈਠ ਬੈਠ ਕੇ ਵੀ ਮੈਂ ਕਈ ਵਾਰੀ ਲੜਾਈ ਕੀਤੀ ਹੈ। ਔਰ ਇਹ ਗੱਲ ਕਹੀ ਹੈ ਕਿ ਜਿਹੜੀਆਂ ਚੀਜ਼ਾਂ 22 ਦੇ ਵਿੱਚ ਝੁੰਦਾ ਕਮੇਟੀ ਦੇ ਵਿੱਚ ਆਈਆਂ ਨੇ ਉਹ ਖੋਲੋ, ਖੋਲ ਕੇ ਲੋਕਾਂ ਨੂੰ ਸਕੂਨ ਮਿਲ ਜਾਏ ਵੀ ਜੇ ਉਹਨਾਂ ਨੇ ਕਿਹਾ ਸੀ ਪ੍ਰਧਾਨ ਅਸਤੀਫਾ ਦੇਵੇ ਤੇ ਤੁਸੀਂ ਜੇ ਅਸਤੀਫਾ ਦੇਣਾ ਹੈ ਤੇ ਦੇ ਕੇ ਤੇ ਨਾਲ ਕਿਸੇ ਨੂੰ ਲਾ ਦਿਓ। ਰਾਹੁਲ ਗਾਂਧੀ ਨੂੰ ਲੋਕੀ ਪੱਪੂ ਕਹਿੰਦੇ ਸੀਗੇ ਤੇ ਅੱਜ ਵੇਖ ਲਓ ਰਾਹੁਲ ਗਾਂਧੀ ਆਪੋਜੀਸ਼ਨ 'ਚ ਲੀਡਰ ਬਣ ਕੇ ਬੈਠ ਗਿਆ। ਬਣਿਆ ਕਿ ਨਹੀਂ ਬਣਿਆ? ਕਿੰਨਾ ਉਹਨੇ ਮਿਹਨਤ ਕੀਤੀ, ਖੜਗੇ ਸੀਗਾ ਉਹਦਾ ਪ੍ਰਧਾਨ, ਲੇਕਿਨ ਸਾਰੀ ਇੱਜ਼ਤ ਬਣੀ ਕਹਿੰਦੀ ਰਾਹੁਲ ਗਾਂਧੀ ਦੀ ਬਣ ਗਈ। ਜਿੱਤ ਗਏ ਕਿ ਨਹੀਂ ਜਿੱਤ ਗਏ? ਇਸੇ ਤਰ੍ਹਾਂ ਬਾਲ ਸਾਹਿਬ ਨੂੰ ਕਿਹਾ ਸੀ ਜੇ ਤੁਹਾਡੇ ਕਰਕੇ ਲੋਕੀ ਪਰੇਸ਼ਾਨ ਹੈ ਜਾਂ ਤੁਹਾਡੇ ਤੋਂ ਲੋਕੀ ਸੰਤੁਸ਼ਟ ਨਹੀਂ ਹੋ ਰਹੇ ਜਾਂ ਉਹਨਾਂ ਦੀ ਕੋਈ ਬਣ ਗਈ ਹੈ ਇੱਦਾਂ ਦਾ ਲੋਕਾਂ ਦਾ ਤੁਹਾਡੇ ਪ੍ਰਤੀ ਕੀ ਕਹਿੰਦੇ ਹੁੰਦੇ ਸੋਚ ਬਣ ਗਈ ਹੈ ਨੈਗੇਟਿਵ, ਤੇ ਤੁਸੀਂ ਉਹਨੂੰ ਠੀਕ ਕਰ ਲਓ। ਤੁਸੀਂ ਤੁਸੀਂ ਕੀ ਮੀਟਿੰਗ ਦੇ ਵਿੱਚ ਜਦੋਂ ਤੁਸੀਂ ਕੁਝ ਦਿਨ ਪਹਿਲਾਂ ਹੀ ਮੀਟਿੰਗ ਦੇ ਵਿੱਚ ਬੈਠੇ ਸੀ, ਉਸ ਮੀਟਿੰਗ ਦੇ ਵਿੱਚ ਤੁਸੀਂ ਉਹਨਾਂ ਦੇ ਮੂੰਹ ਤੇ ਗੱਲ ਕਹੀ ਸੀ ਕਿ ਤੁਹਾਨੂੰ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਹੈ? ਦੇਖੋ ਮੈਂ ਤਾਂ ਪ੍ਰਧਾਨਗੀ ਦਾ ਕਦੀ ਵੀ ਨਹੀਂ ਉਹਨੂੰ ਇਹ ਗੱਲ ਕਹੀ ਛੱਡ ਦੇਣੀ ਚਾਹੀਦੀ। ਜਦੋਂ ਕਿਹਾ ਸੀ 22 ਦੇ ਵਿੱਚ ਅੰਦਰ ਵੜ ਕੇ ਜਾ ਕੇ ਘੰਟਾ ਡੇਢ ਲਾ ਕੇ ਕਿਹਾ ਸੀ, ਉਹਨਾਂ ਨੇ ਕਿਹਾ ਕਿ ਬੀਬੀ ਜੀ ਜਾਂ ਜਿਹਨੂੰ ਵੀ ਕਹਿੰਦੇ ਸੀ, ਕਹਿੰਦੇ ਮੈਂ ਛੱਡਣੀ ਨਹੀਂ, ਜੇ ਮੈਂ ਛੱਡਾਂਗਾ ਤੇ ਬਾਦਲ ਸਾਹਿਬ ਵੀ ਅਸਤੀਫਾ ਦੇਣਗੇ, ਹਰਸਿਮਰਤ ਵੀ ਅਸਤੀਫਾ ਦੇਗੀ ਔਰ ਸਰਦਾਰ ਬਿਕਰਮ ਸਿੰਘ ਵੀ ਦੇਵੇਗਾ ਅਸਤੀਫਾ, ਅਸੀਂ ਚਾਰੇ ਅਸਤੀਫਾ ਦੇਵਾਂਗੇ। ਔਰ ਇਹ ਵੀ ਅਸੀਂ ਕਿਹਾ ਤੁਸੀਂ ਇੱਦਾਂ ਕਿਉਂ ਕਹਿੰਦੇ ਹੋ? ਕਹਿੰਦੇ ਇਹ ਵੀ ਸ਼ਰਤ ਹੈ ਕਿ ਮੁੜ ਕੇ ਵਾਪਸ ਨਹੀਂ ਆਵਾਂਗੇ, ਅਸੀਂ ਆਪਣਾ ਬਿਜ਼ਨਸ ਦੇਖਾਂਗੇ। ਹੁਣ ਕਿਹੜਾ ਲੀਡਰ ਹੈ ਜਿਹੜਾ ਆਪਣੇ ਪ੍ਰਧਾਨ ਨੂੰ ਜਾਂ ਆਪਣੇ ਸੀਨੀਅਰ ਲੀਡਰਸ ਨੂੰ ਜਿਹਨੇ ਇੰਨੇ ਲੰਬਾ ਸਮਾਂ ਕੀਤਾ ਹੋਵੇ ਸੇਵਾ ਤੇ, ਅਸੀਂ ਕਹੀਏ ਵੀ ਚਲੋ ਜੀ ਛੱਡ ਜਾਓ ਕੋਈ ਗੱਲ ਨਹੀਂ? ਫਿਰ ਜੇ 22 ਦੇ ਵਿੱਚ ਇਹ ਗੱਲ ਹੋਈ ਸੀ, ਉਸ ਤੋਂ ਬਾਅਦ ਤਾਂ ਕਈ ਵਾਰ ਸੁਰ ਉੱਠੇ, ਫਿਰ ਜੇ ਤੁਸੀਂ ਹੁਣ ਪਾਸੇ ਹੋ ਕੇ ਜਾਂ ਮੀਡੀਆ ਦੇ ਰਾਹੀਂ ਇਹ ਗੱਲ ਕਰ ਰਹੇ ਹੋ ਤਾਂ ਨਹੀਂ ਲੱਗਦਾ ਕਿ ਅਗਰ ਇੱਕ ਵਾਰੀ ਮੀਟਿੰਗ ਦੇ ਵਿੱਚ ਵੀ ਚਰਚਾ ਹੁੰਦੀ? ਕਿਹੜੀ ਡੇਟਾ ਦਵਾਂ ਵੀ ਅਸੀਂ ਕਦੋਂ ਕਦੋਂ ਕਹਿੰਦੇ ਰਹੇ? ਅਸੀਂ ਤੇ ਕਹਿੰਦੇ ਸੀ ਝੁੰਦਾ ਕਮੇਟੀ ਲਾਗੂ ਕਰ ਲਓ ਜਿਹੜੀ ਲੋਕਾਂ ਦੀ ਆਵਾਜ਼ ਹੈ। ਮੇਰੀ ਤੇ ਹੈ ਹੀ ਨਹੀਂ ਆਵਾਜ਼ ਜੀ, ਮੈਂ ਤੇ ਲੋਕਾਂ ਦੀ ਆਵਾਜ਼ ਉਹਨੂੰ ਸੁਣਾਉਂਦੇ ਅਸੀਂ ਤੇ ਵੀ ਲੋਕ ਇਹ ਕਹਿੰਦੇ ਆ। ਤਾਂ ਬੀਬੀ ਜੀ ਹੁਣ ਫੈਸਲਾ ਕੀ ਹੋਏਗਾ? ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਹੈ, ਵੱਖਰੇ ਹੋਣਗੇ ਕੀ ਹੋਏਗਾ? ਉਹ ਵੀ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕਰੀ ਜਾਣੇ, ਅਸੀਂ ਵੀ ਕਰੀ ਜਾਂਦੇ ਹਾਂ, ਅੰਦਰ ਸਾਨੂੰ ਬੋਲਣ ਦਾ ਹੁਕਮ ਨਹੀਂ ਹੋਣਾ, ਅੰਦਰ ਸਾਡੀ ਉਹਨੇ ਸੁਣਨੀ ਨਹੀਂ, ਤੇ ਅਸੀਂ ਜਿੱਥੇ ਵੀ ਕਰਾਂਗੇ ਗੱਲ ਚੜ੍ਹਦੀ ਕਲਾ ਦੀ ਕਰਾਂਗੇ। ਤਾਂ ਤੱਕੜੀ ਤੇ ਅਕਾਲੀ ਦਲ ਤੱਕੜੀ ਤਾਂ ਹੁਣ ਆਪ ਹੀ ਛੱਡ ਦਿੱਤੀ ਹੈ, ਆਪ ਹੀ ਛੱਡ ਕੇ ਸਾਨੂੰ ਦੇ ਦਿੱਤੀ ਹੈ ਵੀ ਜਾਓ ਤੁਸੀਂ ਲੜਨੀ ਲੜੋ ਨਹੀਂ ਤਾਂ ਨਾ ਲੜੋ। ਹੁਣ ਇਹ ਤੋਂ ਵੱਧ ਸਬੂਤ ਕੀ ਹੈ? ਉਹਨੂੰ ਪਿਆਰ ਹੀ ਨਹੀਂ ਤੱਕੜੀ ਨਾ, ਉਹਨੂੰ ਪਿਆਰ ਹੀ ਨਹੀਂ ਸ਼੍ਰੋਮਣੀ ਅਕਾਲੀ ਦਲ ਨਾ, ਉਹਦਾ ਪਿਆਰ ਹੀ ਨਹੀਂ ਪ੍ਰਧਾਨਗੀ ਦੀ ਕੁਰਸੀ ਨਾਲ।
ਉਹਨੇ ਤਿਆਗ ਕਰ ਦਿੱਤਾ ਕਿ ਮੈਂ ਤਾਂ ਨਹੀਂ ਚੋਣ ਲੜਨੀ, ਮੈਂ ਤੇ ਵਾਪਸ ਕਰ ਲਿਆ, ਤੁਸੀਂ ਲੜਾਉਣੀ ਲੜਾ ਲਓ। ਪਰ ਇੱਕ ਪਾਸੇ ਤਕੜੀ ਸਾਡੇ ਕੋਲ, ਪਰ ਇੱਕ ਪਾਸੇ ਤਕੜੀ ਚੋਣ ਨਿਸ਼ਾਨ ਤੇ ਉਮੀਦਵਾਰ ਹੋਏਗਾ, ਜੇ ਅਕਾਲੀ ਦਲ ਦੇ ਆਗੂ ਜੇ ਹੋਰ ਕਿਸੇ ਦੀ ਮਦਦ ਕਰਦੇ ਨੇ ਉਸ ਤਕੜੀ ਦੇ ਖਿਲਾਫ ਬੋਲਦੇ, ਉਹਨੂੰ ਕਿਵੇਂ ਦੇਖਿਆ ਜਾਏਗਾ? ਫਿਰ ਬਾਗੀ ਤੇ ਉਹ ਹੋਏ ਨਾ, ਡਿਸਿਪਲਿਨਰੀ ਐਕਸ਼ਨ ਤੇ ਉਹਨਾਂ ਤੇ ਲੈਣਾ ਚਾਹੀਦਾ, ਸਾਡੇ ਤੇ ਥੋੜੋ। ਅਸੀਂ ਤੇ ਪਾਰਟੀ ਦੇ ਕੈਂਡੀਡੇਟ ਨੂੰ ਜਿਤਾਉਣਾ, ਅਸੀਂ ਤੇ ਤੱਕੜੀ ਨੂੰ ਜਿਤਾਉਣਾ, ਜੋ ਸਾਡੇ ਪ੍ਰਧਾਨ ਦਸਖਤ ਕਰਕੇ ਉਹਨੂੰ ਦਿੱਤੀ ਹੈ ਟਿਕਟ, ਅਸੀਂ ਤੇ ਉਹਦੇ ਨਾਲ ਹੈ। ਜੇ ਅਸੀਂ ਲੋਕਾਂ ਦੀਆਂ ਗੱਲਾਂ ਸੁਣਾਂਗੇ, ਪ੍ਰਧਾਨ ਦੇ ਦਸਖਤਾਂ ਨਾਲ ਤਾਂ ਹੈਗੇ, ਪ੍ਰਧਾਨ ਨਾਲ ਹੈ ਨਹੀਂ। ਨਹੀਂ ਨਹੀਂ, ਪ੍ਰਧਾਨ ਨੇ ਤੇ ਹੁਕਮ ਦਿੱਤਾ ਉਹਨੂੰ, ਪ੍ਰਧਾਨ ਕਹੇਗਾ ਗਲਤ ਕੰਮ ਕਰੋ ਤੇ ਅਸੀਂ ਕਿਉਂ ਕਰਾਂਗੇ ਜੀ? ਅਸੀਂ ਤੇ ਆਪਣੀ ਇੱਜ਼ਤ ਬਚਾਉਣੀ ਹੈ ਅਕਾਲੀ ਦਲ ਦੀ। ਅੱਜ ਨਹੀਂ ਜਾਂਦੀ ਕੰਮ ਕਰਨ, ਬਲਕਿ 5 ਵੋਟਾਂ ਪੈਣਗੀਆਂ ਤਾਂ ਕੀ ਕਰੇਗੀ ਜੀ ਦੱਸੋ? ਇੱਕ ਸਿੱਧੇ ਤੌਰ ਤੇ ਐਲੀਗੇਸ਼ਨ ਲੱਗਦੇ ਨੇ ਕਿ ਬੀਜੇਪੀ ਦੇ ਇਸ਼ਾਰੇ ਤੇ ਹਰਸਿਮਰਤ ਕੌਰ ਬਾਦਲ ਵੀ ਬੋਲਦੇ ਨੇ। ਤੁਸੀਂ ਚਿੰਤਾ ਨਾ ਕਰੋ ਜੀ, 25 ਸਾਲ ਕੱਟ ਕੇ ਆਏ ਉਹਨਾਂ ਨਾਲ, ਤੇ ਕੀ ਕੰਮ ਕਰਾਇਆ ਪੰਜਾਬ ਦਾ? ਕਿਹੜੇ ਪੰਜਾਬ ਦੇ ਹਿੱਤ ਪੂਰੇ ਕਰਾਏ ਹੈ? ਕਿਹੜੇ ਬੰਦੀ ਸਿੱਖ ਛਡਾਏ ਹੈ? ਕਿਹੜੇ ਪਾਣੀ ਬਚਾਏ ਹੈ? ਕਿਹੜੀ ਚੰਡੀਗੜ੍ਹ, ਆਪਣੇ ਚੰਡੀਗੜ੍ਹ ਵੀ ਉਹਨੇ ਆਪਣੇ ਕਾਬੂ ਕਰ ਲਈ, BBM ਵੀ ਆਪਣੇ ਕਾਬੂ ਕਰ ਲਿਆ, ਕੋਈ ਚੀਜ਼ ਪ੍ਰਾਪਤ ਕੀਤੀ ਹੈ? ਸਿਰਫ ਆਪਣੀ ਮਿਨਿਸਟਰੀ ਕਰਕੇ ਆ ਗਏ, ਤੇ ਫਿਰ ਸਾਨੂੰ ਕਹਿਣ ਦਾ ਕੀ ਹੱਕ ਉਹਨਾਂ ਨੂੰ? ਉਹਦੇ 25 ਸਾਲ ਨਾਲ ਰਹੇ ਹੈ, ਅਸੀਂ ਤਾਂ ਕਦੇ 25 ਮਿੰਟ ਵੀ ਨਹੀਂ ਕਿਸੇ ਕੋਲ ਬੈਠੇ, ਸਾਨੂੰ ਕੋਈ ਕਹਿ ਸਕਦਾ? ਨਾਲ ਹਰਸਿਮਰਤ ਉਹ ਮਿਨਿਸਟਰੀਆਂ ਕਰੇ, ਆਰਾਮ ਦੇ ਨਾਲ MP ਬਣ ਗਈ, ਠੀਕ ਹੈ, ਮੌਜ ਕਰੇ ਉੱਥੇ ਦਿੱਲੀ ਜਾ ਕੇ, ਆਪਣੇ ਸਵਾਲ ਸਵੂਲ ਕਰਿਆ ਕਰੇ, ਪੰਜਾਬ ਦੇ ਸਵਾਲ ਹੀ ਕਰਨੇ ਆ ਨਾ, ਕਰਾਉਣਾ ਥੋੜੋ ਕੁਛ ਵੀ। ਗੱਲ ਸੋਚਣ ਦੀ ਹੈ, ਅਸੀਂ ਤੇ ਇਹ ਸੋਚਦੇ ਹਾਂ ਕਿ ਉੱਥੋਂ ਕੁਝ ਪ੍ਰਾਪਤ ਕਰੀਏ ਸਰਕਾਰ ਕੋਲੋਂ, ਤੇ ਜੇ ਸਰਕਾਰ ਨੂੰ ਜਾ ਕੇ ਅਸੀਂ ਗੱਲਾਂ ਹੀ ਸੁਣਾਉਣੀਆਂ, ਲੋਕਾਂ ਨੂੰ ਅਸੀਂ ਭਾਸ਼ਣ ਬਹੁਤ ਸੋਹਣਾ ਦਿੰਦੇ ਹਾਂ, ਤੇ ਫਿਰ ਫਾਇਦਾ ਕੀ ਹੁੰਦਾ ਸਾਡੇ ਕੋਲ? ਨਾ ਅਸੀਂ ਇਹਨਾਂ ਕੋਲ ਕਿਸੇ ਕੋਲ, ਜਿਹੜੇ ਸਵਾਲ ਚੱਕੇ ਜਾ ਰਹੇ ਨੇ ਤੁਹਾਡੇ, ਮੈਨੂੰ ਕੋਈ ਨੀ ਜੀ, ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ। ਅੰਮ੍ਰਿਤਪਾਲ ਸਿੰਘ ਖਾਲਸਾ ਔਰ ਸਰਬਜੀਤ ਸਿੰਘ ਖਾਲਸਾ ਦੋਨੋਂ ਪੰਥਕ ਮੁੱਦੇ ਤੇ ਜਿੱਤ ਗਏ, ਪਰ ਅਕਾਲੀ ਦਲ ਜਿਹੜਾ ਪੰਥਕ ਪਾਰਟੀ ਖੁਦ ਨੂੰ ਕਹਿੰਦਾ ਸੀ ਉਹਦੀ 10 ਸੀਟਾਂ ਜਵਾਨ ਜਾ। ਇਸ ਗੱਲ ਦਾ ਕਿ ਲੋਕੀ ਸਾਨੂੰ ਹੁਣ ਪੰਥਕ ਨਹੀਂ ਮੰਨ ਰਹੇ, ਸਾਡਾ ਨਫ਼ਰਤ ਕਰ ਰਹੇ ਹੈ, ਲੋਕ ਸਾਨੂੰ ਸੁਚੇਤ ਕਰ ਰਹੇ ਹੈ, ਉਹ ਸਾਨੂੰ ਬਾਹ ਖਿੱਚ ਮਰੋੜ ਮਰੋੜ ਕੇ ਕਹਿੰਦੇ ਬੰਦੇ ਬਣ ਜਾਓ, ਬੰਦੇ ਬਣ ਜਾਓ। ਤੁਸੀਂ ਅੰਮ੍ਰਿਤਪਾਲ ਸਿੰਘ ਔਰ ਸਰਬਜੀਤ ਖਾਲਸਾ ਨਾਲ ਲੈ ਕੇ ਚੱਲੋਗੇ? ਅਸੀਂ ਸਾਰੇ ਪੰਥ ਦਰਦੀਆਂ ਨੂੰ, ਸਾਰੇ ਪੰਜਾਬ ਦੇ ਹਿੱਤਾਂ ਨੂੰ ਰੱਖਣ ਵਾਲਿਆਂ ਨੂੰ, ਹਰ ਇੱਕ ਨੂੰ ਬੇਨਤੀ ਕਰਾਂਗੇ, ਆਓ ਹੋਏ 71 ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਬਲਾਈ।